ਅੱਜ ਦੇ ਇਸ ਸਿਟਰਸ ਸ਼ੋਅ ਵਿੱਚ ਪਹੁੰਚੇ ਹੋਏ ਸਾਡੇ ਕੈਲੀਫੋਰਨੀਆ ਸਟੇਟ ਤੋਂ ਸਾਇੰਟਿਸਟ, ਸਾਡੇ ਵਾਈਸ ਚਾਂਸਲਰ ਡਾਕਟਰ ਸਤਬੀਰ ਸਿੰਘ ਗੋਸਲ, ਡਾਇਰੈਕਟਰ ਰਿਸਰਚ ਡਾਕਟਰ ਅਜਮੇਰ ਸਿੰਘ ਕੱਟ, ਡਾਇਰੈਕਟਰ ਐਕਸਟੈਂਸ਼ਨ ਡਾਕਟਰ ਮੱਖਣ ਸਿੰਘ ਭੁੱਲਰ, ਹੋਰ ਵੀ ਜਿੰਨੇ ਵੀ ਸਾਇੰਟਿਸਟ ਸਾਡੇ PAU ਤੋਂ ਪਹੁੰਚੇ ਹੋਏ ਹਨ, ਇੱਥੋਂ ਅਬੋਹਰ ਦੇ ਡਾਇਰੈਕਟਰ ਡਾਕਟਰ ਅਨਿਲ ਸਾਂਗਵਾਨ, ਡਾਕਟਰ ਜੀਦੀ ਸ਼ਰੋੜਾ ਜੀ, ਹੋਰ ਵੀ ਸਾਡੇ ਜਿੰਨੇ ਵੀ ਕਿੰਨੂ ਬਾਗਬਾਨ ਇੱਥੇ ਪਹੁੰਚੇ ਹੋਏ ਹਨ, ਸਾਰਿਆਂ ਨੇ ਫਤਿਹ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਰੋਨਾ ਦੇ 3 ਸਾਲ ਤੋਂ ਬਾਅਦ ਅੱਜ ਬੜਾ ਵਧੀਆ ਦਿਨ ਆਇਆ ਵੀ ਜਿਹੜਾ ਸਿਟਰਸ ਸ਼ੋਅ ਦੁਆਰਾ ਹੋਇਆ, ਅਤੇ ਮੈਂ ਤਾਂ ਐਜ਼ ਆ ਕਿੰਨੂ ਫਾਰਮਰ ਬੜਿਆ ਇੱਥੇ ਸਿਟਰਸ ਸ਼ੋਅ ਹਰੇਕ ਦੇਖਦਾ ਰਿਹਾ, ਐਂਟਰੀਜ਼ ਦੇਖ ਕੇ ਬੜਾ ਮਨ ਖੁਸ਼ ਹੁੰਦਾ, ਹਰੇਕ ਨੂੰ ਦੂਜੇ ਦੇ ਕਿੰਨੂ ਨੂੰ ਕੰਪੀਟ ਕਰਨ ਦਾ ਮੌਕਾ ਮਿਲਦਾ ਹੈ, ਅਤੇ ਜੇ ਕਿਸੇ ਦਾ ਪ੍ਰੋਬਲਮ ਹੁੰਦੀ ਹੈ ਜਾਂ ਪਿੱਛੇ ਰਹਿ ਜਾਂਦਾ ਤਾਂ ਅਗਲੇ ਸਾਲ ਹੋਰ ਮਿਹਨਤ ਕਰਕੇ ਅੱਗੇ ਆਉਣ ਦੀ ਕੋਸ਼ਿਸ਼ ਕਰਦਾ ਹੈ। ਇੱਕ ਡਿਵਰਸੀਫਿਕੇਸ਼ਨ ਦੀ ਗੱਲ ਹੁੰਦੀ ਹੈ, ਹਰੇਕ ਸਟੇਜ 'ਤੇ ਹਰੇਕ ਪਲੈਟਫਾਰਮ 'ਤੇ ਹਰੇਕ ਗੌਰਮੈਂਟ ਦੀ ਜੋ ਸਿਸਟਮ ਚੱਲਦਾ ਉੱਥੇ ਡਿਵਰਸੀਫਿਕੇਸ਼ਨ ਦੀ ਗੱਲ ਹੁੰਦੀ ਹੈ, ਪੰਜਾਬ ਨੂੰ ਝੋਨੇ ਦੇ ਕਣਕ 'ਚੋਂ ਕਿਵੇਂ ਕੱਢਿਆ ਜਾਵੇ। ਝੋਨੇ ਦੇ ਕਣਕ 'ਚੋਂ ਕੱਢਣ ਵਾਸਤੇ ਮੇਰੇ ਖਿਆਲ 'ਚ ਵਿੱਚ ਹਾਰਟੀਕਲਚਰ ਹੀ ਇੱਕ ਸਾਧਨ ਹੈ, ਉਹਦੇ ਵਿੱਚ ਪੰਜਾਬ ਦੀ ਮੁੱਖ ਫਸਲ ਹੈ ਕਿੰਨੂ, ਉਦੋਂ ਬਸ ਗੁਆਵਾ ਵੀ ਆ ਜਾਂਦਾ, ਹੋਰ ਵੀ ਫਸਲਾਂ ਆ ਜਾਂਦੀਆਂ, ਪਰ ਮੈਕਸੀਮਮ ਜੋ ਹੈ ਕਿੰਨੂ ਹੈ, ਇਸ ਧਰਤੀ ਦੀ ਮੇਨ ਫਸਲ ਕਿੰਨੂ ਗਿਣੀ ਜਾਂਦੀ ਹੈ। ਪਰ ਇਸ ਗੱਲ ਵਿੱਚ ਇੱਕ ਮਾਰਕੀਟਿੰਗ ਦਾ ਬਹੁਤ ਵੱਡੀ ਸਮੱਸਿਆ ਹੈਗੀ ਹੈ, ਜਿਹਦੇ ਨਾਲ ਅਸੀਂ ਅੱਜ ਜੂਝ ਵੀ ਰਹੇ ਹਾਂ, ਪਰ ਇੱਕ ਦੋ ਸਮੱਸਿਆਵਾਂ ਵੀ ਜੀ ਸਾਹਿਬ ਹੋਰ ਵੀ ਹੈਗੀਆਂ ਜਿਹੜੀਆਂ ਤੁਹਾਡੇ ਵੀ, ਅੱਜ ਮੈਂ ਧਿਆਨ ਚ ਲਾਉਣਾ ਚਾਹੁੰਦਾ, DR ਸਾਹਿਬ ਵੀ ਬੈਠੇ ਆਪਣੇ, ਜਦੋਂ ਅਸੀਂ ਨਵਾਂ ਬਾਗ ਲਾਉਂਦੇ ਹਾਂ ਘੱਟੋ ਘੱਟ 6-7 ਸਾਲ ਸਾਨੂੰ ਉਹਦੀ ਕਮਾਈ ਰੁਕ ਜਾਂਦੀ ਹੈ, ਉਹਦੇ 'ਚ ਖਰਚੇ ਸਾਨੂੰ ਉਹਦੇ ਕੋਲੋਂ ਕਰਨੇ ਪੈਂਦੇ ਆ, ਅਤੇ ਜੋ ਸਾਡੇ ਕੋਲ ਪੂੰਜੀ ਹੁੰਦੀ ਉਹ ਬਾਗ ਲਾਉਣ ਵੇਲੇ ਅਸੀਂ ਉਹ ਲਾ ਚੁੱਕੇ ਹੁੰਦੇ ਹਾਂ। ਉਹਦੇ 'ਚ ਕੀ ਹੈ ਵੀ ਸਾਨੂੰ ਇੰਟਰਕ੍ਰੋਪਿੰਗ ਵਾਸਤੇ ਮੂੰਗੀ ਅਤੇ ਛੋਲੇ ਦੋ ਚੀਜ਼ਾਂ ਯੂਨੀਵਰਸਿਟੀ ਵੱਲੋਂ ਦੱਸੀਆਂ ਗਈਆਂ, ਲੈਗਮਿਨਸ ਕ੍ਰੋਪ ਹੈ, ਇਹ ਬਾਗ ਨੂੰ ਕੁਛ ਨਾ ਕੁਛ ਦੇ ਕੇ ਜਾਂਦੀ ਹੈ, ਪਰ ਉਹ ਦੋਵਾਂ ਫਸਲਾਂ ਨਾਲ ਸਾਡਾ ਗੁਜ਼ਾਰਾ ਨਹੀਂ ਹੁੰਦਾ। ਇੰਟਰਕ੍ਰੋਪਿੰਗ ਵਾਸਤੇ ਘੱਟੋ ਘੱਟ ਸਬਜ਼ੀਆਂ ਵਾਲੇ ਪਾਸੇ ਇਸ ਬਾਰੇ ਜ਼ਰੂਰ ਸੋਚਿਆ ਜਾਵੇ, ਜ਼ਰੂਰ ਕੰਮ ਕਰਨ ਦੀ ਲੋੜ ਹੈ, ਕਿਉਂਕਿ ਸਬਜ਼ੀਆਂ ਮੈਂ ਸਮਝਦਾ ਜੇ ਦੂਜੀਆਂ ਫਸਲਾਂ ਦਾ ਘਰ ਪੂਰਾ ਕਰ ਸਕਦੀਆਂ ਤਾਂ ਸਬਜ਼ੀਆਂ ਹੀ ਕਰ ਸਕਦੀਆਂ। ਸਾਡੇ ਏਰੀਏ ਜਿਵੇਂ ਗੋਭੀ ਹੈ, ਟਮਾਟਰ ਹੈ, ਮਿਰਚ ਹੈ, ਇਹੋ ਜਿਹੀਆਂ ਫਸਲਾਂ ਇੰਟਰਕ੍ਰੋਪਿੰਗ ਇਹਦੀਆਂ ਮੇਰੇ ਖਿਆਲ 'ਚ ਹੋ ਸਕਦੀਆਂ। ਦੇਖੋ ਜਿਵੇਂ ਹੁਣ ਮੈਂ ਮਿਰਚ ਦੀ ਗੱਲ ਕਰਾਂ, ਮਿਰਚ 'ਚ ਵਾਈਟ ਫਲਾਈ ਵੀ ਆਉਂਦੀ ਹੈ, ਵਾਇਰਸ ਵੀ ਆਉਂਦਾ, ਅਤੇ ਇਹ ਦੋਵੇਂ ਪ੍ਰੋਬਲਮ ਕਿੰਨੂ 'ਚ ਵੀ ਆਉਂਦੀਆਂ, ਇਹਦੇ 'ਤੇ ਵੀ ਰਿਸਰਚ ਕਰਨ ਦੀ ਲੋੜ ਹੈ ਵੀ ਇਹ ਵਾਈਟ ਫਲਾਈ ਅਤੇ ਵਾਇਰਸ ਇਹ ਸੇਮ ਕਿੰਨੂ ਵਾਲਾ ਹੈ ਜਾਂ ਇਹਦੇ ਕੋਈ ਡਿਫਰੈਂਟ ਸਪੀਸੀਜ਼ ਇਹਦੀਆਂ, ਇਹ ਵੀ ਇੱਕ ਕੰਮ ਕਰਨ ਵਾਸਤੇ ਇੱਕ ਸਾਡੇ ਕੋਲ ਟੋਪਿਕ ਹੈ, ਇੰਪੋਰਟੈਂਟ ਟੋਪਿਕ ਹੈ ਜਿਹੜਾ ਸਾਨੂੰ ਕਰਨਾ ਚਾਹੀਦਾ। ਇੱਕ ਹੋਰ ਸਟੱਡੀ ਹੈਗੀ ਹੈ ਵੀ ਸਾਨੂੰ ਹਜੇ ਤੱਕ ਇਹ ਨਹੀਂ ਪਤਾ ਲੱਗਿਆ ਵਾਟ ਟੂ ਪ੍ਰੋਡਿਊਸ ਐਂਡ ਹਾਊ ਮੱਚ ਟੂ ਪ੍ਰੋਡਿਊਸ। ਅਸੀਂ ਜਿਹੜੀ ਇੱਕ ਚੀਜ਼ ਦਾ ਸਾਨੂੰ ਇੱਕ ਵਾਰੀ ਭਾਵ ਲੱਗਦਾ ਅਸੀਂ ਸਾਰੇ ਉੱਧਰ ਹੋ ਜਾਂਦੇ ਹਾਂ, ਇਸ ਕਰਕੇ ਵੀ ਆਪਾਂ ਥੋੜ੍ਹਾ ਜਿਹਾ ਇਸ ਟੋਪਿਕ 'ਤੇ ਵੀ ਥੋੜ੍ਹਾ ਜਿਹਾ ਧਿਆਨ ਦੇਈਏ ਤਾਂ ਕਿ ਫਾਰਮਰ ਗਲਾਟ ਵਾਲੀਆਂ ਸਿਚੁਏਸ਼ਨ ਤੋਂ ਬਚ ਸਕਣ। ਇੱਕ ਸਭ ਨੂੰ ਵੱਡੀ ਗੱਲ ਹੋ ਗਈ ਹੈ ਵੀ ਜਿਹੜੀ ਸੈਂਟਰਲ ਇੰਸੈਕਟੀਸਾਈਡ ਬੋਰਡ ਨੇ ਸਕਿੰਗ ਪੈਸਟ ਦੀਆਂ ਦਵਾਈਆਂ 'ਤੇ ਬੜੀਆਂ 'ਤੇ ਰੋਕਥਾਮ ਲਾ ਲਈ ਹੈ ਵੀ ਇਹ ਨਹੀਂ ਵਿਕਣ ਦੇਣੀਆਂ, ਪਰ ਬਾਜ਼ਾਰ 'ਚ ਬੜੀਆਂ ਧੜਾਧੜ ਵਿਕਦੀਆਂ। ਉਹਦੇ 'ਚ ਕੀ ਹੁੰਦਾ ਵੀ ਦੁਕਾਨਾਂ ਵਾਲੇ ਜਿਹੜੇ ਡੀਲਰ ਹੈ ਉਹ ਆਪਦੀ ਮਰਜ਼ੀ ਦੀ ਡੋਜ਼ ਫਿੱਟ ਕਰਕੇ ਦੇ ਦਿੰਦੇ ਆ। ਡਾਕਟਰ ਸਾਹਿਬ ਮੈਂ ਤੁਹਾਨੂੰ ਆਪਦਾ ਤਜਰਬਾ ਦੱਸਦਾ, ਮੈਂ ਵੀ ਇੱਥੋਂ ਬਾਗ ਦੀਆਂ ਦਵਾਈਆਂ ਲੈ ਕੇ ਜਾਂਦਾ ਹੁੰਦਾ, ਸਾਡੇ 2-3 ਘਰਾਣੇ ਬੜੇ ਤਕੜੇ ਆ ਪੈਸੇ ਡੀਲਰ ਦੇ, ਉਹ ਫਾਰਮਰਸ ਨੂੰ ਬੈਠਾ ਦੇਖਦਾ ਹੁੰਦਾ, ਉਹ ਕਹਿਣਗੇ ਅਸੀਂ ਤੇਰੇ ਅੱਜ ਗੇੜਾ ਮਾਰ ਕੇ ਆਏ ਸੀ ਅਤੇ ਤੇਰੇ 'ਤੇ ਆਹ ਸਮੱਸਿਆ ਆ ਗਈ ਅਤੇ ਆਹ ਸਪਰੇਅ ਕਰਦੇ ਅਤੇ ਆਪ ਹੀ ਡੋਜ਼ ਕੈਲਕੂਲੇਟ ਕਰਕੇ ਦੇ ਦਿੰਦੇ ਆ।
ਉਹਦੇ ਦੋ ਗੱਲਾਂ ਮੈਂ ਮਹਿਸੂਸ ਕੀਤੀਆਂ ਵੀ ਆਪਣਾ ਰਿਸਰਚ ਸਟੇਸ਼ਨ ਦਾ ਬੋਰਡ ਤਾਂ ਬਹੁਤ ਵਧੀਆ ਚੱਲ ਰਿਹਾ ਜੀ, ਇੱਥੇ ਬੂਟੇ ਬਹੁਤ ਵਧੀਆ ਤਿਆਰ ਕਰ ਰਹੇ ਆ, ਪਰ FASC 'ਚ ਮੈਨੂੰ ਲੱਗਦਾ ਵੀ ਆਪਣੀ ਟੀਮ ਦਾ ਇੱਥੇ ਇੱਕ ਤਾਂ ਬੰਦਾ ਗੱਲਾ ਹੈ, ਆਪਾਂ ਇਹਨਾਂ ਨੂੰ ਸਟਾਫ ਰਿਕਰੂਟ ਕਰਕੇ ਦੇਈਏ। ਇੱਕ ਇਹ ਹੈ ਵੀ ਜਦੋਂ ਸੈਂਟਰਲ ਇਨਸੈਕਟੀਸਾਈਡ ਬੋਰਡ ਨੇ ਉਹ ਤਾਂ ਆਪਣੇ ਲਾ ਦਿੱਤੀ ਹੈ ਪਾਬੰਦੀ, ਤਾਂ ਆਪਾਂ ਅੰਡਰ ਦਾ ਟੇਬਲ ਫਾਰਮਰਸ ਨੂੰ ਗਾਈਡ ਕਰ ਦਈਏ, ਇਹਨਾਂ ਨੇ ਲੈਣੀਆਂ ਤਾਂ ਹੈਗੀਆਂ ਹੀ ਹੈ ਵੀ ਇਹਦੀ ਇੰਨੀ ਕੁ ਡੋਜ਼ ਹੈ, ਇਹ ਤੋਂ ਵੱਧ ਨਾ ਪਾਏ ਤੁਹਾਡਾ ਨੁਕਸਾਨ ਕਰੂਗੀ। ਇਹ ਆਪਾਂ ਜ਼ਰੂਰ ਭਾਵੇਂ ਥਰੂ KVKs ਆਪਾਂ ਕਰ ਲਈਏ ਜਾਂ ਥਰੂ ਆਪਾਂ FASC ਕਰ ਲਈਏ, ਕਿਉਂਕਿ ਆਪਣਾ KVK ਸੈਂਟਰ ਵੀ ਤਾਂ ਸਿਫਟ ਕੋਲ, ਆਪਣੇ ਕੋਲ KVK ਵੀ ਇੱਥੇ ਹੈ ਨੀਗਾ, ਅਤੇ ਜਾਂ ਆਪਾਂ ਇੱਕ ਐਕਸਟੈਂਸ਼ਨ ਦਾ ਡਿਪਾਰਟਮੈਂਟ ਹੋਰ ਨਾਲ ਲਾ ਦਈਏ, ਤਾਂ ਮੈਨੂੰ ਲੱਗਦਾ ਵੀ ਕਿੰਨੂ ਵਾਲਿਆਂ ਵਾਸਤੇ ਕਾਫ਼ੀ ਇਹ ਬੈਨੀਫਿਟ ਹੋ ਜੂ ਹੋਏਗਾ। ਇੱਕ ਸਭ ਤੋਂ ਵੱਡੀ ਗੱਲ ਹੈ ਕਿ ਹਾਰਡ ਪੈਨ ਜਿਹੜੀਆਂ ਜ਼ਮੀਨਾਂ 'ਚ ਹੈ, ਫਾਜ਼ਿਲਕਾ ਦੇ ਏਰੀਏ 'ਚ ਵੀ ਹੈਗਾ, ਸਾਡੇ ਏਰੀਏ 'ਚ ਵੀ ਹੈਗਾ, ਇਹ ਤਾਂ ਫੋਸਫੋਰਿਕ ਐਸਿਡ ਹੈ ਤਾਂ ਬੜਾ ਇਫੈਕਟਿਵ ਹੈ, ਪਰ ਡ੍ਰਿਪ ਵਾਲਿਆਂ ਬਾਗਾਂ ਵਿੱਚ ਅੱਜ ਤੱਕ ਇਹਦੀ ਡੋਜ਼ ਕੈਲਕੂਲੇਟ ਨਹੀਂ ਹੋਈ ਵੀ ਕਿੰਨੀ ਪਾਉਣੀ ਹੈ ਪਰ ਪਲਾਂਟ, ਕਿੰਨੀ ਹੋਣੀ ਚਾਹੀਦੀ ਹੈ, ਜ਼ਿਆਦਾ ਓਵਰ ਡੋਜ਼ ਨਾਲ ਮਤਲਬ ਵੀ ਜੇ ਫੋਸਫੋਰਸ ਤੁਹਾਡਾ ਜ਼ਿਆਦਾ ਹੋ ਜਾਂਦਾ ਤੁਹਾਡੇ ਦੂਸਰੇ ਮਾਈਕਰੋਨਿਊਟ੍ਰੀਐਂਟਸ ਵੀ ਉਹ ਇਨਟੇਕ ਉਹਨਾਂ ਦੀ ਘੱਟ ਜਾਂਦੀ ਹੈ, ਇਸ ਕਰਕੇ ਵੀ ਇਸ 'ਤੇ ਵੀ ਥੋੜ੍ਹੀ ਜਿਹਾ ਡਾਕਟਰ ਸ਼ਾਰਦਾ ਜੀ ਨੂੰ ਬੈਠੇ ਆ ਵੀ ਇਹ ਡ੍ਰਿਪ ਵਾਸਤੇ ਵੀ ਇਹਦੀ ਡੋਜ਼ ਕੈਲਕੂਲੇਟ ਕੀਤੀ ਜਾਵੇ ਵੀ ਫੋਸਫੋਰਿਕ ਐਸਿਡ ਦੀ ਕਿੰਨੀ ਡੋਜ਼ ਹੋਣੀ ਚਾਹੀਦੀ ਹਾਰਡ ਪੈਨ ਤੋੜਨ ਵਾਸਤੇ। ਇੱਕ ਸਭ ਤੋਂ ਮੇਨ ਗੱਲ ਹੈ ਡਾਕਟਰ ਸਾਹਿਬ, ਮੈਂ ਇੱਥੇ ਨਰਸਰੀ ਸ਼ੁਰੂ ਤੋਂ 20-25 ਸਾਲਾਂ ਤੋਂ ਬੂਟੇ ਬੜੇ ਲੈ ਕੇ ਜਾਂਦਾ ਹੈ, ਅਤੇ ਬੜੇ ਮੇਰੇ ਖਿਆਲ PAU ਤੋਂ ਬਾਅਦ ਜੇ ਕਿੰਨੂ ਦੇ ਬੂਟੇ ਜ਼ਿਆਦਾ ਦਿੰਦਾ ਤਾਂ ਮੇਰੇ ਖਿਆਲ 'ਚ ਹੋਰ ਦਿੰਦਾ। ਸਮੇਂ ਦੇ ਅਨੁਸਾਰ ਆਪਾਂ ਨੂੰ ਇਹ ਨਰਸਰੀ ਇੱਕ ਹਾਈਟੈਕ ਨਰਸਰੀ ਕਰ ਗਏ ਇਹਨੂੰ ਆਪਾਂ, ਜਿਵੇਂ ਜੱਲੋਵਾਲ ਪੈਪਸੀ ਵਾਲਾ ਆਪਾਂ ਉਹ ਟੇਕ ਓਵਰ ਕਰਕੇ ਇੱਕ ਬੜੀ ਵਧੀਆ ਨਰਸਰੀ ਸੈਟਅਪ ਹੋ ਗਈ ਹੈ। ਮੈਂ ਚਾਹੁੰਦਾ ਵੀ ਆਪਾਂ ਵੀ ਯੂਨੀਵਰਸਿਟੀ ਦੇ ਪੱਖੋਂ ਇੱਥੇ ਇੱਕ ਜੱਲੋਵਾਲ ਨਾਲੋਂ ਬੈਟਰ ਫਾਰਮ, ਇੱਥੇ ਇੱਕ ਮਾਂਗੇ ਵਾਲਾ ਟਾਈਪ ਜਾਂ ਖਨੌੜੇ ਹੈ ਸੈਂਟਰ ਆਫ ਐਕਸੀਲੈਂਸ ਦੇ ਤਰਜ਼ ਦੇ ਇੱਕ ਨਰਸਰੀ, ਇੱਕ ਵੱਡੀ ਨਰਸਰੀ ਸਟੈਬਲਿਸ਼ ਕਰੀਏ, ਮਾਡਰਨਾਈਜੇਸ਼ਨ ਕਰੀਏ ਇੱਥੋਂ ਦੇ ਫਾਰਮ ਨੂੰ, ਤਾਂ ਕਿ ਲੋਕਾਂ ਨੂੰ ਪਤਾ ਲੱਗੇ ਯੂਨੀਵਰਸਿਟੀ ਦਾ ਫਾਰਮ ਹੈਗਾ, ਨਰਸਰੀ ਹੈਗੀ ਹੈ, ਕਿਉਂਕਿ ਪ੍ਰਾਈਵੇਟ ਨਰਸਰੀਆਂ ਇੱਥੇ ਬੋਰ ਦੇ ਆਸੇ ਪਾਸੇ ਬਹੁਤ ਹੈ, ਅਤੇ ਲੋਕ ਨਾ ਚਾਹੁੰਦੇ ਹੋਏ ਉੱਧਰ ਚਲੇ ਜਾਂਦੇ ਆ, ਪਰ ਜੇ ਆਪਾਂ ਨਰਸਰੀ ਇੱਥੇ ਬਹੁਤ ਤਕੜੇ ਹੋ ਕੇ ਚਲਾ ਲਈਏ ਤਾਂ ਮੈਨੂੰ ਲੱਗਦਾ ਇਹ ਨਾਲ ਯੂਨੀਵਰਸਿਟੀ ਦੀ ਇਨਕਮ ਵੱਧ ਜੂਗੀ, ਲੋਕਾਂ ਦਾ ਭਲਾ ਹੋ ਜੂਗਾ, ਅਤੇ ਇਸ ਕਰਕੇ ਇਸ ਗੱਲ ਪਿੱਛੇ ਆਪਾਂ ਥੋੜ੍ਹਾ ਜਿਹਾ ਇਹ ਵਰਕਆਊਟ ਜ਼ਰੂਰ ਕਰੀਏ। ਹੋਰ ਜੇ ਕਿਸੇ ਨੂੰ ਲੱਗਦਾ ਹੈ ਵੀ ਸਾਡੇ ਦੱਸਣ ਦਾ VC ਸਾਹਿਬ ਵੀ ਬੈਠੇ ਹੈ, ਇੰਨਾ ਕਹਿੰਦਾ ਹੋਇਆ ਕਿ ਉਹਨਾਂ ਦਾ ਜੱਚ ਹਾਂ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।